ਵੈਲਕਮ ਸਟੂਡੈਂਟਸ, ਸਾਡੀ ਅੱਜ ਵੀਡੀਓ ਆ ਟੀਚਿੰਗ ਆਫ ਇੰਗਲਿਸ਼ ਦੇ ਵਿੱਚ। ਸਾਡਾ ਕਨਸੈਪਟ ਹੈ ਮੈਕਨਿਕਸ ਆਫ ਰੀਡਿੰਗ। ਜਿਹੜੇ ਰੀਡਿੰਗ ਦੇ ਮੈਕਨਿਕਸ ਨੇ ਇੰਗਲਿਸ਼ ਲੈਂਗੁਏਜ ਦੇ ਵਿੱਚ, ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਅੰਗ ਨੇ, ਅਲੱਗ ਅਲੱਗ ਤਰ੍ਹਾਂ ਦੇ ਕੰਪੋਨੈਂਟਸ ਨੇ, ਜਿਹੜੇ ਮਿਲ ਕੇ ਜਿਹੜਾ ਵਿਅਕਤੀ ਨੂੰ ਲਿਖਤੀ ਲੈਂਗੁਏਜ ਆ ਜਿਹੜੀ ਉਹ ਕਿਵੇਂ ਪੜ੍ਹੀ ਜਾਵੇ ਜਾਂ ਅੰਡਰਸਟੈਂਡ ਕੀਤੀ ਜਾਵੇ, ਇਹ ਚੀਜ਼ ਸਿਖਾਉਂਦੇ ਨੇ। ਦ ਮੈਕਨਿਕਸ ਆਫ ਰੀਡਿੰਗ ਇਨ ਦ ਟੀਚਿੰਗ ਆਫ ਇੰਗਲਿਸ਼ ਇਨਵੋਲਵ ਵੇਰੀਅਸ ਕੰਪੋਨੈਂਟਸ ਦੈਟ ਵਰਕ ਟੂਗੈਦਰ ਟੂ ਹੈਲਪ ਇੰਡੀਵਿਜੁਅਲ ਅੰਡਰਸਟੈਂਡ ਐਂਡ ਇੰਟਰਪ੍ਰੈਟ ਰਿਟਨ ਲੈਂਗੁਏਜ। ਰੀਡਿੰਗ ਇਜ਼ ਅ ਕੰਪਲੈਕਸ ਪ੍ਰੋਸੈਸ ਦੈਟ ਗੋਜ ਬਿਯੋਂਡ ਡੀਕੋਡਿੰਗ ਦ ਵਰਡਸ ਐਨਕੰਪਾਸਿੰਗ ਕੰਪਰੀਹੈਂਸ਼ਨ, ਵੋਕੈਬਲਰੀ ਡਿਵੈਲਪਮੈਂਟ ਐਂਡ ਕ੍ਰਿਟੀਕਲ ਥਿੰਕਿੰਗ ਸਕਿੱਲਸ। ਜਿਹੜੀ ਰੀਡਿੰਗ ਆ ਬੜੀ ਕੰਪਲੀਕੇਟਡ ਪ੍ਰੋਸੈਸ ਆ ਇਹ, ਜਿਹਦੇ ਵਿੱਚ ਵਰਡਸ ਨੂੰ ਪਹਿਚਾਨਣਾ ਜਾਂ ਉਹਨਾਂ ਦੇ ਅਰਥ ਜਾਣਨਾ, ਵਿਸਥਾਰ ਸਹਿਤ ਉਹਨਾਂ ਨੂੰ ਜਿਹੜਾ ਇਹ ਲਿਖਤੀ ਰੂਪ ਦੇ ਵਿੱਚ ਪੜ੍ਹਨਾ ਸਿੱਖਣਾ, ਭਾਸ਼ਾ ਡਿਵੈਲਪ ਕਰਨੀ, ਸੋਰੀ, ਜਿਹੜੇ ਸ਼ਬਦ ਗਿਆਨ ਆ, ਸ਼ਬਦ ਭੰਡਾਰ ਆ, ਉਸ ਦਾ ਵਿਕਾਸ ਕਰਨਾ, ਇਸ ਤੋਂ ਇਲਾਵਾ ਕ੍ਰਿਟੀਕਲ ਥਿੰਕਿੰਗ ਆ ਜਿਹੜੀ ਉਹ ਡਿਵੈਲਪ ਕਰਨੀ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਰੀਡਿੰਗ ਦੇ ਵਿੱਚ ਆ ਜਾਂਦੀਆਂ ਨੇ। ਕੁਛ ਕੀ ਪੁਆਇੰਟਸ ਨੇ, ਕੀ ਕੰਪੋਨੈਂਟਸ ਨੇ, ਸਟ੍ਰੈਟਜੀਜ਼ ਨੇ ਜਿਹੜੀਆਂ ਕਿ ਰੀਡਿੰਗ ਨੂੰ ਆਸਾਨ ਕਰਨ ਦੇ ਵਿੱਚ ਸਾਡੀ ਮਦਦ ਕਰਦੀਆਂ ਨੇ, ਜਾਂ ਸਾਨੂੰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਰੀਡਿੰਗ ਸਿਖਾਉਂਦੇ ਸਮੇਂ। ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਫੋਨੈਮਿਕ ਅਵੇਅਰਨੈਸ। ਜਿਹੜੀ ਫੋਨੈਮਿਕ ਅਵੇਅਰਨੈਸ ਆ, ਇਜ਼ ਦਾ ਐਬਿਲਿਟੀ ਟੂ ਆਈਡੈਂਟੀਫਾਈ ਦਾ ਮੈਨੀਪਲਿਊਟ ਇੰਡੀਵਿਜੁਅਲ ਸਾਊਂਡਸ ਫੋਨੀਮ ਇਨ ਸਪੋਕਨ ਵਰਡਸ। ਪਹਿਲੇ ਨੰਬਰ 'ਤੇ ਕੀ ਆ, ਧੁਨੀ ਸੰਬੰਧੀ ਜਿਹੜੀ ਜਾਗਰੂਕਤਾ ਹੈ ਉਹ ਹੋਣੀ ਚਾਹੀਦੀ ਆ, ਧੁਨੀਆਂ ਦੀ ਪਹਿਚਾਣ ਹੋਣੀ ਚਾਹੀਦੀ ਆ, ਜਿਹੜੇ ਕਿਸ ਤਰ੍ਹਾਂ ਨਾਲ ਸ਼ਬਦ ਬੋਲੇ ਜਾਂਦੇ ਨੇ ਇਹ ਪਤਾ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਰੀਡਿੰਗ ਲਈ। ਅਤੇ ਉਹਨਾਂ ਨੂੰ ਮੈਨੂਪਲੇਟ ਇੰਡੀਵਿਜੁਅਲ ਸਾਊਂਡਸ ਦਾ ਮਤਲਬ ਕਿ ਆਪਣੇ ਹਿਸਾਬ ਨਾਲ ਉਚਾਰਨ ਦੀ ਯੋਗਤਾ ਜਿਹੜੀ ਉਹ ਆਪਣੇ ਹਿਸਾਬ ਨਾਲ ਉਹਦੇ ਵਿੱਚ ਚੇਂਜ ਕਰ ਸਕਣ, ਨਵੇਂ ਐਡ ਔਨ ਕਰ ਸਕਣ। ਫਿਰ ਐਕਟੀਵਿਟੀਜ਼ ਮੇ ਇਨਕਲੂਡ ਰਾਈਮਿੰਗ, ਬਲੈਂਡਿੰਗ, ਸੈਗਮੈਂਟਿੰਗ ਐਂਡ ਮੈਨੀਪਲੇਟਿੰਗ ਸਾਊਂਡਸ ਵਿਦ ਇਨ ਵਰਡਸ। ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਇਹਦੇ ਵਿੱਚ ਸ਼ਾਮਿਲ ਹੋ ਸਕਦੀਆਂ ਨੇ, ਜਿਹਦੇ ਵਿੱਚ ਰਾਈਮਿੰਗ ਹੋਵੇ, ਬਲੈਂਡਿੰਗ ਹੋਵੇ, ਸੈਗਮੈਂਟਿੰਗ ਹੋਵੇ ਜਾਂ ਮੈਨੀਪਲੂਟਿੰਗ ਹੋਵੇ ਸਾਊਂਡਸ ਦੀ, ਇਹ ਸ਼ਾਮਿਲ ਹੋਣ। ਫਿਰ ਫੋਨਿਕਸ ਦੇ ਵਿੱਚ ਅਸੀਂ ਕਹਾਂਗੇ ਕਿ ਇਹ ਚੀਜ਼ ਆ ਜਿਹੜੀ, ਇਹ ਵੀ ਇੱਕ ਰੀਡਿੰਗ ਦਾ ਮੈਕਨਿਕ ਆ। ਫੋਨੈਕਸ ਇਨਵੋਲਵਸ ਦ ਰਿਲੇਸ਼ਨਸ਼ਿਪ ਬਿਟਵੀਨ ਲੈਟਰਸ ਐਂਡ ਦੇਅਰ ਕੋਰਸਪੋਂਡਿੰਗ ਸਾਊਂਡਸ। ਤਾਂ ਹੁਣ ਇਹ ਇਨਵੋਲਵ ਹੁੰਦੀ ਆ, ਧੁਨੀ ਕਹਿ ਸਕਦੇ ਹਾਂ ਅਸੀਂ, ਇਹ ਇਨਵੋਲਵ ਹੁੰਦੀ ਆ ਸ਼ਬਦਾਂ ਅਤੇ ਉਹਨਾਂ ਦੀ ਆਵਾਜ਼ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਉਹਨਾਂ ਦੇ ਵਿੱਚ, ਸ਼ਬਦ ਕਿਵੇਂ ਉਚਾਰੇ ਜਾ ਸਕਦੇ ਨੇ। ਟੀਚਿੰਗ ਫੋਨਿਕਸ ਹੈਲਪਸ ਸਟੂਡੈਂਟਸ ਡੀ ਕੋਡ ਵਰਡਸ, ਵਰਡਸ ਨੂੰ ਪਹਿਚਾਨਣ ਨੂੰ, ਡੀ ਕੋਡ ਕਰਨ ਨੂੰ,
ਜਾਂ ਇਹ ਕਹਿ ਲਓ ਕਿ ਸ਼ਬਦਾਂ ਦੇ ਅਰਥ ਜਾਣਨ ਨੂੰ ਬਾਏ ਰੈਕਗਨਾਈਜ਼ਿੰਗ ਦਾ ਸਾਊਂਡ ਸਿੰਬਲ ਕਨੈਕਸ਼ਨਸ, ਸਾਊਂਡ ਸਿੰਬਲ ਕਨੈਕਸ਼ਨ ਦੁਆਰਾ ਜਿਹੜਾ ਬੱਚੇ ਜਾਣਦੇ ਨੇ ਸ਼ਬਦਾਂ ਦੇ ਅਰਥ ਭੇਦ ਜਾਣਦੇ ਨੇ, ਤਾਂ ਇਹ ਚੀਜ਼ ਆ ਜਿਹੜੀ ਉਹ ਹੋਣੀ ਚਾਹੀਦੀ ਹੈ। ਫਿਰ ਫਲੂਐਂਸੀ ਆ, ਫਲੂਐਂਸੀ ਬਹੁਤ ਜ਼ਰੂਰੀ ਆ ਰੀਡਿੰਗ ਦੇ ਵਿੱਚ। ਫਲੂਐਂਸੀ ਇਜ਼ ਦਾ ਐਬਿਲਿਟੀ ਟੂ ਰੀਡ ਵਿਦ ਐਕੂਰੇਸੀ, ਸਪੀਡ ਐਂਡ ਐਕਸਪ੍ਰੈਸ਼ਨ। ਰੀਡਿੰਗ ਅਲਾਊਡ ਦੂਜੇ ਨੰਬਰ 'ਤੇ ਆ, ਰੀਡਿੰਗ ਅਲਾਊਡ ਰਿਪੀਟਿਡ ਰੀਡਿੰਗਸ ਐਂਡ ਗਾਈਡਡ ਰੀਡਿੰਗਸ ਪ੍ਰੈਕਟਿਸ ਕੰਟਰੀਬਿਊਟ ਟੂ ਫਲੂਐਂਸੀ ਡਿਵੈਲਪਮੈਂਟ। ਤਾਂ ਇਹ ਦੋ ਚੀਜ਼ਾਂ ਫਲੂਐਂਸੀ ਦੇ ਵਿੱਚ ਆਉਣਗੀਆਂ। ਨੈਕਸਟ ਵੋਕੈਬਲਰੀ ਡਿਵੈਲਪਮੈਂਟ, ਰੀਡਿੰਗ ਦੇ ਵਿੱਚ ਸਭ ਤੋਂ ਪਹਿਲਾਂ ਭਾਸ਼ਾ ਦੀ ਜਾਣਕਾਰੀ, ਧੁਨੀਆਂ ਦੀ ਜਾਣਕਾਰੀ, ਉਸ ਤੋਂ ਬਾਅਦ ਫਲੂਐਂਸੀ, ਫਲੂਐਂਸੀ ਤੋਂ ਬਾਅਦ ਸਾਡੀ ਜਿਹੜੀ ਆ ਵੋਕੈਬਲਰੀ ਆਉਂਦੀ ਆ, ਕਿ ਸ਼ਬਦ ਭੰਡਾਰ ਵੀ ਸਾਡੇ ਕੋਲ ਹੋਣਾ ਚਾਹੀਦਾ ਹੈ। ਤਾਂ ਬੱਚਿਆਂ ਕੋਲ ਜਿਹੜਾ ਸ਼ਬਦ ਭੰਡਾਰ ਹੋਣਾ ਚਾਹੀਦਾ ਹੈ, ਬਿਲਡਿੰਗ ਆ ਰੋਬਸਟ ਵੋਕੈਬਲਰੀ ਇਜ਼ ਕਰੂਸ਼ੀਅਲ ਫਾਰ ਅੰਡਰਸਟੈਂਡਿੰਗ ਐਂਡ ਐਕਸਪ੍ਰੈਸਿੰਗ ਆਈਡੀਆਜ਼। ਕਾਫੀ ਮਾਤਰਾ ਦੇ ਵਿੱਚ ਸ਼ਬਦ ਭੰਡਾਰ ਆ ਜਿਹੜਾ ਕਿਸੇ ਵੀ ਆਈਡੀਆਜ਼ ਨੂੰ ਐਕਸਪ੍ਰੈਸ ਕਰਨ ਲਈ ਅਤੇ ਅੰਡਰਸਟੈਂਡ ਕਰਨ ਲਈ ਮਹੱਤਵਪੂਰਨ ਹੈ। ਐਕਸਪਲਿਕਸਟ ਇੰਸਟਰਕਸ਼ਨ, ਕੰਟੈਕਸਟ ਕਲਿਊਸ ਐਂਡ ਐਕਸਪੋਜ਼ਰ ਟੂ ਅ ਵਰਾਇਟੀ ਆਫ ਟੈਕਸਟ ਕੰਟਰੀਬਿਊਟ ਟੂ ਵੋਕੈਬਲਰੀ ਡਿਵੈਲਪਮੈਂਟ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕੰਪਰੀਹੈਂਸ਼ਨ। ਕੰਪਰੀਹੈਂਸ਼ਨ ਦੇ ਵਿੱਚ ਅਸੀਂ ਕਹਾਂਗੇ ਕੰਪਰੀਹੈਂਸ਼ਨ ਇਜ਼ ਦਾ ਅਲਟੀਮੇਟ ਗੋਲ ਆਫ ਰੀਡਿੰਗ। ਇਟ ਇਨਵੋਲਵਸ ਅੰਡਰਸਟੈਂਡਿੰਗ ਐਂਡ ਮੇਕਿੰਗ ਮੀਨਿੰਗ ਫਰੋਮ ਦਾ ਟੈਕਸਟ। ਨੈਕਸਟ ਆ ਜਾਂਦਾ ਸਾਡੇ ਕੋਲ ਸਟਰੈਟਜੀ। ਕੰਪਰੀਹੈਂਸ਼ਨ ਦੇ ਵਿੱਚ ਹੀ ਆਉਂਦਾ ਹੈ ਵੀ ਸਟਰੈਟਜੀ ਸੱਚ ਐਜ਼ ਕੁਐਸਚਨਿੰਗ। ਕਿਹੜੀ ਸਟਰੈਟਜੀ? ਕੁਐਸਚਨਿੰਗ, ਪ੍ਰੀਡਿਕਟਿੰਗ, ਸਮਰਾਈਜ਼ਿੰਗ ਐਂਡ ਮੇਕਿੰਗ ਕੁਨੈਕਸ਼ਨ ਐਨਹਾਂਸ ਕੰਪਰੀਹੈਂਸ਼ਨ ਸਕਿੱਲਸ। ਇਹ ਚੀਜ਼ਾਂ ਜ਼ਰੂਰੀ ਨੇ, ਸਾਨੂੰ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਨੇ। ਫਿਰ ਨੈਕਸਟ ਆਉਂਦਾ ਟੈਕਸਟ ਸਟਰਕਚਰ ਐਂਡ ਔਰਗੇਨਾਈਜੇਸ਼ਨ। ਅੰਡਰਸਟੈਂਡਿੰਗ ਹਾਊ ਟੈਕਸਟ ਆਰ ਸਟਰਕਚਰਡ, ਸਾਨੂੰ ਟੈਕਸਟ ਸਟਰਕਚਰ ਦਾ ਪਤਾ ਹੋਣਾ ਚਾਹੀਦਾ ਰੀਡਿੰਗ ਦੇ ਵਿੱਚ। ਹੈਡਿੰਗ, ਸਬ ਹੈਡਿੰਗਸ, ਪੈਰਾਗ੍ਰਾਫ ਕਿਵੇਂ ਬਣਦੇ ਨੇ, ਹੈਲਪ ਰੀਡਰਸ ਨੈਵੀਗੇਟ ਐਂਡ ਕੰਪਰੀਹੈਂਡ ਇਨਫੋਰਮੇਸ਼ਨ। ਤਾਂ ਇਸੇ ਤਰ੍ਹਾਂ ਨਾਲ ਅਸੀਂ ਜਿਹੜੀ ਰੀਡਿੰਗ ਆ ਵਧੀਆ ਢੰਗ ਨਾਲ ਸਿਖਾ ਸਕਦੇ ਹਾਂ, ਜੇ ਸਾਨੂੰ ਇਸ ਦੇ ਜਿਹੜੇ ਸਾਰੇ ਕੰਪੋਨੈਂਟਸ ਨੇ ਜਿਹੜੇ ਪਤਾ ਹੋਣਗੇ ਕਿ ਟੈਕਸਟ ਸਟਰਕਚਰ ਕਿਸ ਤਰ੍ਹਾਂ ਬਣਦਾ ਹੈ। ਟੈਕਸਟਿੰਗ ਟੀਚਿੰਗ ਟੈਕਸਟ ਸਟਰਕਚਰਸ ਐਂਡ ਔਰਗੇਨਾਈਜੇਸ਼ਨਲ ਪੈਟਰਨਸ ਇੰਪਰੂਵਸ ਕੰਪਰੀਹੈਂਸ਼ਨ। ਕੰਪਰੀਹੈਂਸ਼ਨ ਦੀ ਇੰਪਰੂਵਮੈਂਟ ਹੁੰਦੀ ਹੈ ਇਹਦੇ ਨਾਲ। ਫਿਰ ਰੀਡਿੰਗ ਸਟਰੈਟਜੀਜ਼, ਰੀਡਿੰਗ ਸਟਰੈਟਜੀਜ਼ ਦੇ ਵਿੱਚ ਐਕਸਪਲਾਈਸਿਟ ਇੰਸਟਰਕਸ਼ਨਸ ਇਨ ਰੀਡਿੰਗ ਸਟਰੈਟਜੀਜ਼ ਸੱਚ ਐਜ ਪ੍ਰੀਡਿਕਟਿੰਗ, ਵਿਜ਼ੂਅਲਾਈਜ਼ਿੰਗ, ਮੋਨੀਟਰਿੰਗ, ਕੰਪਰੀਹੈਂਸ਼ਨ ਐਂਡ ਸਮਰਾਈਜ਼ਿੰਗ ਹੈਲਪ ਸਟੂਡੈਂਟਸ ਬਿਕਮ ਐਕਟਿਵ ਐਂਡ ਸਟ੍ਰੈਟਜਿਕ ਰੀਡਰਸ। ਨੈਕਸਟ ਹੈ ਕ੍ਰਿਟੀਕਲ ਥਿੰਕਿੰਗ ਸਕਿੱਲਸ। ਰੀਡਿੰਗ ਇੰਸਟਰਕਸ਼ਨਸ ਸ਼ੁੱਡ ਪ੍ਰਮੋਟ ਕ੍ਰਿਟੀਕਲ ਥਿੰਕਿੰਗ ਐਂਡ ਕਰੇਜਿੰਗ ਸਟੂਡੈਂਟਸ ਟੂ ਐਨਾਲਾਈਜ਼, ਇਵੈਲੂਏਟ ਐਂਡ ਸਿੰਥਸਾਈਜ਼ ਇਨਫੋਰਮੇਸ਼ਨ ਫਰੋਮ ਦਾ ਟੈਕਸਟ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਜੀ ਰੀਡਿੰਗ ਮੋਟੀਵੇਸ਼ਨ। ਫਾਸਟਰਿੰਗ ਅ ਲਵ ਫਾਰ ਰੀਡਿੰਗ ਇਜ਼ ਅਸੈਂਸ਼ੀਅਲ। ਅੰਗੇਜਿੰਗ ਐਂਡ ਰੈਲੇਵੈਂਟ ਟੈਕਸਟ ਐਜ਼ ਵੈਲ ਐਜ਼ ਕ੍ਰੀਏਟਿੰਗ ਅ ਪੋਜ਼ਿਟਿਵ ਰੀਡਿੰਗ ਇਨਵਾਇਰਮੈਂਟ ਕੰਟਰੀਬਿਊਟ ਟੂ ਮੋਟੀਵੇਸ਼ਨ। ਨੈਕਸਟ ਆ ਜਾਂਦਾ ਸਾਡੇ ਕੋਲ ਅਸੈਸਮੈਂਟ। ਔਨ ਗੋਇੰਗ ਅਸੈਸਮੈਂਟ ਬੋਥ ਫੋਰਮੇਟਿਵ ਐਂਡ ਸਬਮਿਟਿਵ ਇਜ਼ ਕਰੂਸ਼ੀਅਲ ਟੂ ਮੋਨੀਟਰ ਸਟੂਡੈਂਟਸ ਪ੍ਰੋਗਰੈਸ ਐਂਡ ਐਡਜਸਟ
instructions accordingly. Differentiated instructions, ਇਹਦੇ ਵਿੱਚ recognizing and addressing individual differences is essential. Teacher should tailor instruction to meet the diverse needs of learner. Next ਆ ਜਾਂਦਾ ਸਾਡੇ ਕੋਲ integration of technology, utilizing educational technology can enhance reading instructions, providing interactive and engaging resources. ਇਹਦੇ ਵਿੱਚ ਅਸੀਂ ਉਹ ਜਿਹੜੇ ਹੈੱਡਫੋਨਸ ਵਗੈਰਾ ਦੀ ਗੱਲ ਵੀ ਕਰ ਸਕਦੇ ਹਾਂ. ਲਿਟਰੇਸੀ ਅਕਰੋਸ ਡਿਸਿਪਲਨਸ, ਰੀਡਿੰਗ ਇੰਸਟਰਕਸ਼ਨ ਸ਼ੁੱਡ ਐਕਸਟੈਂਡ ਬਿਓਂਡ ਇੰਗਲਿਸ਼ ਕਲਾਸਿਸ, ਐਮਫਸਾਈਜ਼ਿੰਗ ਦਾ ਇੰਪੋਰਟੈਂਸ ਆਫ ਲਿਟਰੇਸੀ ਇਨ ਆਲ ਸਬਜੈਕਟ ਏਰੀਆਜ਼. ਇਨਕਾਰਪੋਰੇਟਿੰਗ ਦੀਜ ਕੰਪੋਨੈਂਟਸ ਇਨ ਟੂ ਦਾ ਕੰਪਰੀਹੈਂਸਿਵ ਐਂਡ ਬੈਲੈਂਸਡ ਰੀਡਿੰਗ ਪ੍ਰੋਗਰਾਮ ਇਨਸ਼ੋਰਸ ਦੈਟ ਸਟੂਡੈਂਟਸ ਡਿਵੈਲਪ the necessary skills to become proficient and lifelong. Readers of English. Effective reading instruction involves a combination of explicit teaching practice and meaningful application in diverse contexts. ਤਾਂ ਇਸ ਵੀਡੀਓ ਦੇ ਵਿੱਚ ਅਸੀਂ ਮੈਕਨਿਕਸ ਆਫ ਰੀਡਿੰਗ ਕੀਤੇ ਨੇ. ਅੱਗੇ ਗੱਲ ਕਰਾਂਗੇ ਅਸੀਂ ਅਗਲੇ ਟੌਪਿਕਸ ਬਾਰੇ ਨੈਕਸਟ ਵੀਡੀਓ ਦੇ ਵਿੱਚ. ਕਮੈਂਟ ਕਰੋ ਤੁਹਾਨੂੰ ਕਿਸੇ ਵੀ ਟੌਪਿਕ ਦੀ ਜ਼ਰੂਰਤ ਆ ਪੇਪਰਾਂ ਦੇ ਵਿੱਚ, ਤਾਂ ਮੈਂ ਕੋਸ਼ਿਸ਼ ਕਰਾਂਗੀ ਉਹ ਕਰਵਾਉਣ ਦੀ. ਅੱਗੇ ਫਿਰ ਮਿਲਦੇ ਹਾਂ. ਓਕੇ, ਥੈਂਕਸ.